ਉਹਨੂੰ ਰਾਹ ਦੇ ਦੇ ਉਹ ਦੇ ਕਰਤਾ ਉਹਦੇ ਖੜਦੇ ਕੜਦੇ ਜੱਟਾਂ ਵਿਚਾਲ ਦੀ ਉਹ ਕਿਆ ਕਰੇ ਇੱਥੇ ਜਾਣਾ ਮੈਂ ਕਿਆ ਕਰਾਂ ਰਾਹ ਪਤਾ ਤੇ ਹੋਟਲ ਚ ਜਾਣਾ ਸੀ ਹੋਟਲ ਦੇ ਅੱਧਾ ਦਿਨ ਉਹਦੇ ਆਲੇ ਦੁਆਲੇ ਘੁੰਮੀ ਗਿਆ ਕਸਟਮਰ ਨੂੰ ਲੈ ਕੇ ਪ੍ਰੈਸ਼ਰ ਨਹੀਂ ਢਾਲ ਆਉਂਦਾ ਅੱਜ ਕੱਲ ਲੋਕਾਂ ਨੂੰ अपनी मसला है हाँ वेलकम है जी थोड़ा साडे ब्लॉग दे विच उही साडा पुराना प्लेस ते सुत्ता पे उठिया इन्हें ठा लिया 7 बजे मेरी ड्यूटी है 2 घंटे है गया विच 2 घंटे तो पहला काम नबेड़ के आपां ड्यूटी लई रेडी होना मैं ठीक है ते चलो फिर मिलदे आं बाहर तुहानूं दस्सदे आं अज्ज की गलबात है मीटिंग है किसी बंदे नाल उह करन चले असीं मतलब मिलना कोलना वो नहीं हुंदा मतलब काम दे रिलेटेड ही है सारा कुछ है ना इतने कोई बंदा थोड़े को टाइम ही है नहीं कि किसी दोस्त को बह के इंजॉय कर लो या इदा होता जिन्हों भी तुम मिलना वो थोड़े काम के रिलेटेड ही होंगे ज्यादातर दुबई के ਹਲਕੂਜ਼ ਏਰੀਆ 'ਚ ਆ ਗਏ ਜਦੋਂ ਤੱਕ ਮੈਂ ਜਾਣਦਾ ਸੀ ਏਰੀਏ ਨੂੰ ਇਹ ਏਰੀਆ ਪੂਰਾ ਲੇਬਰ ਨੂੰ ਬਿਲੋਂਗ ਕਰਦਾ ਸੀ ਕੈਂਪ ਦੇ ਕੈਂਪ ਭਰੇ ਪਏ ਸੀਗੇ ਹੈ ਨਾ ਅਤੇ ਹੁਣ ਕਿੰਨਾ ਡੈਵਲਪ ਹੋ ਗਿਆ ਪਿੱਛੇ ਇੱਕ ਕਮਿਊਨਿਟੀ ਅਸੀਂ ਵੀਡੀਓ ਨਹੀਂ ਬਣਾਈ ਮੈਨ ਬਿਲਕੁਲ ਪੌਸ਼ ਇਲਾਕਾ ਬਣਾਤਾ ਉਹਦਾ ਅਤੇ ਲੇਬਰ ਦੇ ਕੈਂਪ ਹੌਲੀ ਹੌਲੀ ਚੱਕੀ ਜਾ ਰਹੇ ਨੇ ਉਹਨੂੰ ਡੈਵਲਪ ਕਰਦੇ ਪਏ ਨੇ ਆਹ ਦੇਖੋ ਇੱਧਰ ਲੇਬਰ ਦੇ ਕੈਂਪ ਮਤਲਬ ਸਾਰਾ ਬਟ ਇੱਦੂ ਪਹਿਲਾਂ ਜਿਹੜੇ ਬਣਾਏ ਸੀ ਕਮਿਊਨਿਟੀ ਵਧੀਆ ਬਣਾਤੀ ਹਾਂ ਅਤੇ ਆਹ ਕੈਂਪ ਸੀਗੇ ਜਿਹੜੇ ਇਹ ਸਾਰਾ ਕੈਂਪ ਏਰੀਆ ਮਤਲਬ ਗਵਰਨਮੈਂਟ ਨੇ ਹੁਣ ਹੌਲੀ 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 ਉਹਨਾਂ ਨੂੰ ਰਿਮੂਵ ਕਰਕੇ ਇਹ ਏਰੀਆ ਬਿਲਕੁਲ ਐਨ ਪੌਸ਼ ਇਲਾਕੇ ਨੂੰ ਬਣਾਉਂਦਾ ਪਿੱਛੇ ਲੰਘ ਗਿਆ ਵੈਸੇ ਵੀ ਭੁੱਲ ਗਿਆ ਵੀਡੀਓ ਬਣਾਉਣੀ ਜ਼ਾਕੀ ਦੇ ਕੰਮ ਉਹਨੇ ਇਹ ਟੈਟੂ ਬਣਾਏ ਹੋਏ ਨੇ ਅਤੇ ਦੇਖਦੇ ਹਾਂ ਕਿ ਆਪਣੇ ਜਦੋਂ ਕਰੀਅਰ ਦਾ ਮਤਲਬ ਸਟਾਰਟਿੰਗ ਮਤਲਬ ਪੁਆਇੰਟ ਸੀਗਾ ਇਹ ਏਰੀਆ ਕਾਫੀ ਘੁੰਮੇ ਨੇ ਆਪਾਂ ਕੈਂਪ ਇਹ ਰਹਿ ਕੇ ਗਿਆ ਹੋਇਆ ਮੈਂ ਵੀ ਰਿਹਾ ਇੱਥੇ ਅਤੇ ਮੈਂ ਪਾਰਗੋ ਜਬਲ ਅਲੀ ਵੀ ਰਿਹਾ ਹੋਇਆ ਅਤੇ ਮੈਂ ਡੀ ਆਈ ਪੀ ਵੀ ਰਿਹਾ ਹੋਇਆ ਜਬਲ ਅਲੀ ਹਾਂ ਅਤੇ ਰਿਹਾ ਹੋਇਆ ਅਲਕੂਦ ਰਿਹਾ ਹੋਇਆ ਏਰੀਏ ਦੇ ਵਿੱਚ ਜਿੰਨੇ ਵੀ ਤੁਸੀਂ ਦੁਬਈ ਦੇ ਵਿੱਚ ਮਤਲਬ ਮੈਂ ਆਪ ਦੀ ਗੱਲ ਨਹੀਂ ਕਰਦਾ ਨੋਰਮਲ ਜਨਰਲ ਗੱਲ ਕਰਦਾ ਤੁਸੀਂ ਅਗਰ ਦੁਬਈ ਦੇ ਵਿੱਚ ਕੋਈ ਵੀ ਤੁਹਾਨੂੰ ਮਿਲੀਨੀਅਰ ਕੋਈ ਅੱਛਾ ਵੈਲ ਸੈਟਲਡ ਬੰਦਾ ਮਿਲਦਾ ਤਾਂ ਉਹਦਾ ਤੁਸੀਂ ਬੈਕਗਰਾਊਂਡ ਪੁੱਛੋਗੇ 80% ਬੰਦੇ 90% ਇਹ ਬੋਲਣਗੇ ਉਹ ਇਹ ਏਰੀਆ ਦੇ ਵਿੱਚ ਰਹਿ ਕੇ ਗਏ ਹੋਏ ਨੇ ਮਤਲਬ ਉਹਨਾਂ ਦਾ ਸਟਾਰਟਿੰਗ ਮਤਲਬ ਸਟਾਰਟਅਪ ਇੱਥੋਂ ਹੋਇਆ ਅਗਲਿਆਂ ਨੇ ਮਿਹਨਤਾਂ ਕੀਤੀਆਂ ਨੇ ਮਿਹਨਤਾਂ ਤਾਂ ਫਿਰ ਕੈਂਪਾਂ ਤੋਂ ਅੱਗੇ ਨਿਕਲ ਕੇ ਟਾਊਨਾਂ 'ਚ ਨਿਕਲ ਕੇ ਵੱਡੇ ਵੱਡੇ ਸ਼ਹਿਰਾਂ 'ਚ ਆਪਦੇ ਵਿਹਲੇ ਲੈ ਕੇ ਆਪਦੇ ਬਿਜ਼ਨਸ ਖੜ੍ਹੇ ਕਰਕੇ ਅਗਲਿਆਂ ਨੇ ਪਾਈ ਪੂਰੀ ਧੱਕ ਠੀਕ ਹੈ ਸਹੀ ਹੈ ਨਾ ਅਤੇ ਲੇਕਿਨ ਇਹ ਸਟੈਪ ਬਾਏ ਸਟੈਪ ਹਰ ਇੱਕ ਬੰਦਾ ਚੜ੍ਹਿਆ ਸ਼ੋਰਟ ਇੱਦਾਂ ਦਾ ਕੁਛ ਨਹੀਂ ਹੁੰਦਾ ਸੀਗਾ ਕੈਂਪਾਂ ਮਤਲਬ ਸਾਰੀਆਂ ਹੀ ਲੇਬਰ ਬੱਸਸ ਦੀਆਂ ਹੁੰਦੀਆਂ ਸੀਗੀਆਂ ਕੈਂਪਾਂ ਦੇ ਕੈਂਪ ਅਤੇ ਹੁਣ ਤਾਂ ਰੋਡ ਪੂਰੇ ਕੱਚੇ ਰੋਡ ਹੁੰਦੇ ਸੀਗੇ ਉਦੋਂ ਠੀਕ ਆ ਟੇਕ ਦੀ ਐਕਸਿਟ ਦੈਨ ਟਰਨ ਰਾਈਟ ਪੁਰਾਣਾ ਨਾ ਅਲਖੇਲ ਗੇਟ ਕਹਿੰਦੇ ਆ ਨਾ ਆਹ ਤਾਂ ਅਲਖੇਲ ਗੇਟ ਆ ਗਿਆ ਨਾ ਤੇ ਪੁਰਾਣਾ ਆਪਾਂ ਮੀਟਿੰਗ ਕਰਨ ਲਈ ਆਇਆ ਸੀਗੇ ਅਲਕੂਸ ਦੇ ਵਿੱਚ ਅਤੇ ਮੀਟਿੰਗ ਹੋ ਗਈ ਆ ਇਹ ਮੀਟਿੰਗ ਹੀ ਸੀ ਮਤਲਬ ਹੈ ਨਾ ਜੈਨੂਅਨ ਅਤੇ ਪਿਛਲੀ ਵੀਡੀਓ 'ਚ ਵੀ ਦੱਸਿਆ ਮੈਂ ਸਮੋਸੇ ਵਿੱਚ ਜਦੋਂ ਸਾਡੀ ਡੀਲ ਕਰੈਕ ਹੋ ਜਾਂਦੀ ਮਤਲਬ ਵਧੀਆ ਗੱਲ ਹੁੰਦੀ ਅਸੀਂ ਖੁਸ਼ ਹੁੰਦੇ ਅਤੇ ਹੁਣ ਆਪਾਂ ਚੱਲੇ ਹਾਂ ਘਰ ਨੂੰ ਕੀ ਟਾਈਮ ਹੋ ਗਿਆ 6 ਵਜੇ ਵੀ ਪਹੁੰਚ ਘੰਟਾ ਲੱਗ ਜਾਣਾ ਆਪਾਂ ਨੂੰ ਹਾਂ ਟ੍ਰੈਫਿਕ ਮਿਲੂਗਾ ਦਿੱਤੀ ਖੜਾ ਟ੍ਰੈਫਿਕ ਤਾਂ ਅਤੇ ਉਹ ਤੇਰੀ ਭੈੜੇ ਦੀ ਦੁਬਈ ਟ੍ਰੈਫਿਕ ਨੇ ਮਾਰ ਲਿਆ ਯਾਰ ਅਤੇ ਫਿਰ ਸਿੱਧਾ ਆਪਾਂ ਲੋਕੇਸ਼ਨ 'ਤੇ ਚੱਲਦੇ ਹਾਂ ਠੀਕ ਹੈ ਚਲੋ ਜੀ ਅਤੇ
ਪ੍ਰੈਸ਼ਰ ਨਹੀਂ ਝਲ ਆਉਂਦਾ ਅੱਜ ਕੱਲ੍ਹ ਲੋਕਾਂ ਤੋਂ, ਤਪੇ ਪਏ ਨੇ ਤਪੇ, ਪ੍ਰੈਸ਼ਰ ਫਿਰ ਪ੍ਰੈਸ਼ਰ ਕ੍ਰੀਏਟ ਕਰਦਾ ਡਿਪਰੈਸ਼ਨ, ਡਿਪਰੈਸ਼ਨ ਹੈਗਾ ਸਾਰਿਆਂ ਦਾ ਪਿਓ, ਮਤਲਬ ਨਸ਼ੇ ਨਾਲੋਂ ਵੀ ਖਤਰਨਾਕ ਚੀਜ਼ ਆ ਡਿਪਰੈਸ਼ਨ, ਇਹ ਤੋਂ ਬਚਣਾ। ਇਹਦੇ ਉੱਤੇ ਵੀ ਮੈਂ ਤੁਹਾਨੂੰ ਕਹਾਣੀ ਸੁਣਾਊ, ਐਨ ਟਕਾ ਕੇ ਵਧੀਆ ਹੱਡ ਬੀਤੀ ਇੱਧਰ ਅੱਜ ਕੋਰਾ ਛਾਇਆ ਪਿਆ, ਕੋਰਾ ਮਤਲਬ ਹਿਊਮਿਡਿਟੀ ਜ਼ਿਆਦਾ ਵਾ, ਧੁੰਦ ਪੈ ਜਾਂਦੀ ਹੈ ਚਾਰੇ ਪਾਸੇ, ਅਤੇ ਮੀਂਹ ਆਉਣ ਦੀ ਸੰਭਾਵਨਾ ਹੋ ਸਕਦੀ ਹੈ ਕੱਲ੍ਹ ਨੂੰ ਜਾਂ ਅੱਜ ਰਾਤ ਨੂੰ। ਉਹ ਦੇਖਿਆ ਮਤਲਬ ਯਾਰ ਲੀਬੀਆ ਦੇ ਵਿੱਚ 10,000 ਆਈ ਹਰਡ ਦੈਟ 10,000 ਬੰਦੇ ਮਤਲਬ ਪੀਪਲ ਫਲੱਡ 'ਚ ਮਿਲ ਹੀ ਨਹੀਂ ਰਹੇ। ਫਿਰ ਮੋਰੋਕੋ ਦੇ ਵਿੱਚ ਅਰਥਕੁਏਕ ਆਇਆ, ਅਵੀਰ ਜਾਣਾ ਅਵੀਰ ਡਿਸਾਸਟਰ ਨਹੀਂ ਅਵੀਰ ਨਹੀਂ ਯਾਰ ਦੇਖ ਲਾ ਤੂੰ ਤੂੰ ਲਈ ਚੱਲਣਾ ਫੋਲੋ ਤੂੰ ਫੋਲੋ ਕਰੀ ਚੱਲਣਾ ਬਸ ਬਾਅਦ ਚੱਲ ਆਹ ਦੱਸ E44 ਲੈ ਉਹ ਸੀਗਾ E44 ਉੱਧਰ ਲਓ ਵੀ ਮਿੱਤਰੋ ਮਿੱਠੀ ਮਿੱਠੀ ਸ਼ਾਮ ਹੋ ਗਈ ਆ ਤੇ ਇਹ ਮੈਨੂੰ ਛੱਡ ਕਿਉਂਕਿ ਗੱਡੀ ਇਹਨੂੰ ਚਾਹੀਦੀ ਆ। ਮੇਨ ਤਾਂ ਆਪਾਂ ਘਰੋਂ ਤੁਰਨਾ ਸੀ ਡਿਊਟੀ ਲਈ, ਲੇਕਿਨ ਆਪਾਂ ਪਿੱਛੋਂ ਜਿੱਥੋਂ ਆਏ ਹਾਂ ਉੱਥੋਂ ਲੇਟ ਹੋ ਗਿਆ ਆਪਾਂ, ਟ੍ਰੈਫਿਕ ਵੀ ਬਹੁਤ ਆ ਦੁਬਈ 'ਚ, ਆਹ ਟਾਈਮ ਤਾਂ ਪੀਕ ਟਾਈਮ ਆ ਟ੍ਰੈਫਿਕ ਦਾ, ਤੁਹਾਨੂੰ ਮਿਲਣਾ ਹੀ ਮਿਲਣਾ ਵਾ। ਹਾਂ ਅੱਗੇ ਤੋਂ ਨਹੀਂ ਆਉਣਾ ਅਤੇ ਚਲੋ ਮਿਲਦੇ ਹਾਂ ਫਿਰ, ਗੱਲਬਾਤ ਹੋਰ ਸੁਣਾ ਕੋਈ ਵਧੀਆ ਮਿਲ ਜਾ ਕੋਈ ਸਿੱਧੂ ਮੂਸੇ ਸੁਣਾ, ਸਿੱਧੂ ਮੂਸੇ ਵਾਲਾ ਹੁਣ ਜਦੋਂ ਤੁਸੀਂ ਤੁਹਾਡੇ ਪਿੱਛੇ ਇੱਕ ਗਰੁੱਪ ਗਨ ਲੈ ਕੇ ਪਿਆ ਹੀ ਹੋਇਆ ਪਿਛਲੇ 5 ਸਾਲਾਂ ਤੋਂ, ਕਦੇ ਇੱਥੇ ਕਦੇ ਉੱਥੇ ਕਦੇ ਉੱਥੋਂ ਕਦੇ ਇੱਥੇ, ਤੁਸੀਂ ਕਿੰਨਾ ਟਾਈਮ ਬਚੋਗੇ ਉਹ ਚੀਜ਼ ਤੋਂ? ਉਹ ਦਿਨ ਤਾਂ ਆਊਗਾ ਹੀ ਹੈ ਨਾ ਕਦੇ ਨਾ ਕਦੇ, ਬਸ ਆ ਗਿਆ ਵਿਚਾਰੇ ਦਾ ਤੇ ਉਹਨਾਂ ਨੇ ਦਾ ਲਾ ਲਿਆ, ਉਦੋਂ ਦੀ ਲਿਖੀ ਹੋਈ ਸੀ। ਹੁਣ ਮੈਂ ਤੇਰੇ ਮਗਰ ਚਾਕੂ ਲੈ ਕੇ ਭੱਜਿਆ ਹੀ ਫਿਰਾਂ ਵੀ ਤੈਨੂੰ ਮਾਰਨਾ ਕਿਸੇ ਦਿਨ, ਮੈਂ ਅੱਜ ਵਾਜੇਗਾ 2 ਸਾਲ ਵਾਜੇਗਾ 3 ਸਾਲ ਵਾਜੇਗਾ, ਤੂੰ ਕਿਤੇ ਨਾ ਕਿਤੇ ਇਹੋ ਜਿਹਾ ਟਾਈਮ ਰਲੂਗਾ ਵੀ ਮੇਰੀ ਵੀ ਰੱਬ ਸੁਣੂ ਬੇਨੂੰ ਚਾਕੂ ਚੱਕੇ ਨੂੰ ਕਿੰਨਾ ਟਾਈਮ ਹੋ ਗਿਆ, ਇਹ ਤਾਂ ਵੀ ਮੈਂ ਕੀੜਾ ਪੂਰਾ ਕਰਾਵਾਂ ਚੱਕ ਉਦੋਂ ਨੀ ਕੰਮ ਖਾਤਾ ਹੈ ਕਿ ਨਹੀਂ। ਚਲੋ ਜੀ ਲੋਕੇਸ਼ਨ ਤੇ ਪਹੁੰਚ ਕੇ ਫਿਰ ਤੁਹਾਨੂੰ ਗੱਲਬਾਤ ਆ, ਟ੍ਰੈਫਿਕ ਦਿਖਾਉਣਾ ਤੁਹਾਨੂੰ ਮੈਂ ਬਾਹਰ ਮਾਹੌਲ ਕੀ ਆ। ਐਂ ਗੱਡੀ ਚੱਲਦੀ ਆ ਐਂ ਬੰਪਰ ਟੂ ਬੰਪਰ। ਕਹਿੰਦਾ ਯਾਰ ਬਿੱਲ ਬਣ ਰਿਹਾ ਯਾਰ, ਇੱਥੇ ਬਿਲਡਿੰਗ ਸ਼ਰਮ ਦੇਖੀ ਜਾਂਦੀ ਮੈਨੂੰ, ਇੱਧਰ ਵੀ ਰੋਡ ਜਾਂਦਾ ਇੱਧਰ ਵੀ ਰੋਡ ਜਾਂਦਾ, ਮੈਂ ਐਂ ਨਿਕਲਿਆ ਯਾਰ ਹੋਟਲ ਆ ਹੋਟਲ 3 ਸਟਾਰ ਵੱਡਾ ਕਿਹੜਾ ਨਾਂ ਭੁੱਲ ਗਿਆ ਯਾਰ, ਉਹਦੇ ਮੈਂ ਇੱਧਰ ਦੀ ਲੰਘ ਜਾ ਕਰ ਨਵਾਂ ਨਵਾਂ ਚਲਾਉਣ ਲੱਗਾ ਕਸਟਮਰ ਨਾਲ ਬੈਠਾ, ਫਿਰ ਮੈਂ ਇੱਧਰ ਦੀ ਲੰਘ ਗਿਆ, ਮੈਂ ਕਿਹਾ ਚੱਲ ਉੱਥੋਂ ਘੁੰਮਾ ਕੇ ਲਿਆ ਉੱਥੋਂ ਫਿਰ ਇੱਧਰ ਦੀ ਹੋਟਲ ਨੀ ਪਹੁੰਚਾਇਆ ਤੂੰ ਨਾਲੇ ਨਾਲੇ ਘੁੰਮ ਗਿਆ, ਪਹਿਲਾਂ ਤਾਂ ਕਸਟਮਰ ਔਖਾ ਜਿਹਾ ਆ ਗਿਆ, ਮੈਂ ਉਹ ਰੋਕਿਆ ਬੈਲ ਕੀ ਕਹਿੰਦੇ ਆ ਮੀਟਰ ਰੋਕਿਆ, ਮੈਂ ਕਿਹਾ ਸਰ ਵੀ ਟੈਨਸ਼ਨ ਨਾ ਲੈ ਮੈਂ ਮੀਟਰ ਬੰਦ ਕਰ ਦਿੰਦਾ ਤੇਰਾ ਬੈਲ ਨੀ ਵੱਧ ਆਉਂਦਾ ਤੈਨੂੰ ਮੈਂ ਛੱਡ ਆਊਂਗਾ, ਮੈਨੂੰ ਰਾਹ ਮਿਲ ਲੈਣ ਦੇ ਬਸ ਇੱਕ ਵਾਰੀ, ਚੱਲ ਉਹਨੇ ਕੁਛ ਕੁ ਤਾਂ ਸਾਹ ਲਿਆ ਵੀ ਕੰਮ ਸੇ ਕੰਮ ਮੇਰਾ ਉਹ ਤਾਂ ਨੀ ਹੋਊਗਾ ਪੈਸੇ ਤਾਂ ਨੀ ਪੈਣਗੇ ਨੀ ਪਹੁੰਚੇ ਦੀ ਇੱਧਰ ਦੀ ਉੱਧਰ ਦੀ ਉੱਥੋਂ ਨੀ ਪਹੁੰਚ, ਉਹ ਕਹਿੰਦਾ ਐਂ ਕਰ ਤੂੰ ਮੈਨੂੰ ਇੱਥੇ ਹੀ ਤਾਰ ਦੇ ਯਾਰ ਮੈਂ ਚਲਾ ਜਾਊਂਗਾ ਮੈਂ ਕੋਈ ਹੋਰ ਟੈਕਸੀ,
ਟੈਕਸੀ ਚਲਾਉਂਦਾ ਰਿਹਾ ਤੇ ਟੈਕਸੀ ਵਾਲੀ ਇੱਕ ਤੱਤਾਂ ਦੱਸਦਾ ਪਿੰਡਾਂ ਉਹਨਾਂ ਵਜੋਂ ਟੈਕਸੀ ਤੇ ਚੜਿਆ ਨਾ ਤੇ ਹੋਟਲ ਚ ਜਾਣਾ ਸੀ ਹੋਟਲ ਦੇ ਅੱਧਾ ਦਿਨ ਉਹਦੇ ਆਲੇ ਦੁਆਲੇ ਘੁੰਮੀ ਆ ਕਸਟਮਰ ਨੂੰ ਲੈ ਕੇ ਮੇਨ ਰਾਹ ਲੱਭਦਾ ਨੀ ਯਾਰ ਹੋਈ ਹੋਣੀ ਬਹੁਤਿਆਂ ਨਾਲ ਹੋਈ ਤੇ ਟੈਕਸੀ ਵਾਲੇ ਕੀ ਕਰਦੇ ਆ ਉਹ ਮੇਨਾ ਖੁਦ ਵੀ ਹੋਈ ਆ ਬੰਦਾ ਨਾ ਬੰਦੇ ਨੂੰ ਲਾਇਸੈਂਸ ਬਣਦਾ ਤੁਹਾਡਾ ਆਪਾਂ ਨੂੰ ਕੀ ਪਤਾ ਹੁੰਦਾ ਇੱਥੇ ਇੱਥੋਂ ਦੇ ਰੋਡਾਂ ਦਾ ਰੋਡ ਤੇ ਟੈਕਸੀ ਦੇ ਕੇ ਭਾਵੇਂ ਭੇਜ ਦਿੰਦੇ ਆ ਹਾਂ ਕੀ ਬੰਦੇ ਨੂੰ ਲੱਭੂਗਾ ਯਾਰ ਅੱਜ ਲਾਇਸੈਂਸ ਬਣ ਗਿਆ ਤੁਹਾਡੀ ਟ੍ਰੇਨਿੰਗ ਹੋ ਗਈ ਨੈਕਸਟ ਤੁਹਾਨੂੰ ਟੈਕਸੀ ਫੜਾ ਕੇ ਰੋਡਾਂ ਤੇ ਚਾੜ ਦਿੰਦੇ ਮੈਨੂੰ ਫੋਨ ਕਰਕੇ ਕਹਿੰਦਾ ਯਾਰ ਬਾਈ ਇਹਨੇ ਤਾਂ ਟੈਕਸੀ ਦੇ ਦਿੱਤੀ ਮੈਨੂੰ ਮੈਂ ਕਿਹਾ ਤਲਾ ਵਾਲੇ ਨੂੰ ਹੌਲੀ ਹੌਲੀ ਸਾਰਾ ਕਿਤੇ ਕੱਚੇ ਕੱਚੇ ਪਾ ਲਾ ਕੇ ਹੋਰ ਕਿਤੇ ਟਾਈਮ ਪਾਸ ਕਰ ਕਸਟ ਨੂੰ ਵਧਾਇਆ ਕਰਾਂ ਉਹ ਕਿਆ ਕਰੇ ਇੱਥੇ ਜਾਣਾ ਮੈਂ ਕਿਆ ਕਰਾਂ ਰਾਹ ਪਤਾ ਜੇ ਰਾਹ ਪਤਾ ਤਾਂ ਮੈਂ ਲੈ ਜਾਂਦਾ ਅੱਛਾ ਉਦੋਂ ਵਟਸਐਪ ਵੀ ਘੱਟ ਹੀ ਹੁੰਦਾ ਸੀ ਨਾ ਜ਼ਿਆਦਾ ਉਹ ਨਹੀਂ ਬੂਮ ਹੋਇਆ ਸੀ ਵਟਸਐਪ ਕਿਲੋਮੀਟਰ ਤੀਜੇ ਟਰੈਕ ਤੇ ਜਾਏਗਾ ਮੂਹਰੇ ਦੇਖਾ ਸਾਈਨ ਬੋਰਡ ਹੈਗਾ ਹਾਂ ਇੱਥੇ ਕਾਲਾ ਐਰੋ ਹੈਗਾ ਹਾਂ ਇਹਦੇ ਥੱਲੇ ਦੀ ਇੱਧਰ ਨੂੰ ਮੁੜ ਜਾ ਐ ਦੱਸਦਾ ਹੁੰਦਾ ਸੀ ਰਾਹ ਮੈਨੂੰ ਹੈਡਫੋਨ ਲਾ ਕੇ ਬਹਿਣਾ ਕਸਟਮਰ ਨੂੰ ਕੀ ਪਤਾ ਕਿਹੜੀ ਬਲਾ ਨਾਲ ਬੈਠਾ ਲੇਕਿਨ ਹੁਣ ਰਾਹ ਇਹਨੂੰ ਪੂਰੇ ਪਤਾ ਵਾ ਖੰਡ ਗਿਆ ਲੇਕਿਨ ਹੁਣ ਟੈਕਸੀ ਨੀ ਚਲਾਉਂਦਾ ਟੈਕਸੀ ਕਰਕੇ ਤਾਂ ਰਾਹ ਪਤਾ ਲੱਗਿਆ ਮੈਂ ਵੀ ਪੂਰਾ ਬਹੁਤ ਰਾਵਾਂ ਦੇ ਮੈਟਰ ਦੇ ਵਿੱਚ ਪੂਰਾ ਇਹ ਤਾਂ ਪੂਰਾ ਐਕਸਪਰਟ ਆ ਮੈਂ ਬਹੁਤ ਜਾਂ ਜਮਾ ਜ਼ੀਰੋ ਇੱਕ ਵਾਰੀ ਉਹ ਅਜੀਤ ਜੀ ਕੰਪਨੀ ਆ ਉੱਥੇ ਲੈ ਕੇ ਗਿਆ ਸੀ ਰਾਹ ਚ ਦਿਖੀ ਅਜੀਤ ਜੀ ਲਿਖਿਆ ਬੋਰਡ ਲੱਗਿਆ ਹੋਇਆ ਕਹਿੰਦਾ ਤੂੰ ਇੱਥੇ ਲੈ ਕੇ ਆਇਆ ਨਹੀਂ ਏਡੀ ਦੂਰ ਹੀ ਆ ਆ ਕੇ ਪਹੁੰਚ ਗਏ ਬਸ ਉਥੋਂ ਆਪਾਂ ਇਧਰ ਨੂੰ ਹੋਰ ਆ ਜਾਂਦਾ ਨਾ ਐਵੇਂ ਉਹ ਵਾਲਾ ਪਹੁੰਚਣ ਵਾਲੇ ਅਸੀਂ ਆਪਦੇ ਕੰਮ ਫਿਰ ਤੁਹਾਨੂੰ ਮਿਲਦੇ ਹਾਂ ਡੈਸਟੀਨੇਸ਼ਨ ਤੇ ਪਹਿਲਾਂ ਤਾਂ ਕਹਿੰਦਾ ਸੀ ਛੱਡ ਕੇ ਜਾਣਾ ਬਟ ਨਹੀਂ ਬਾਈ ਦੀ ਮੀਟਿੰਗ ਆ ਥੋੜ੍ਹੇ ਟਾਈਮ ਦੀ ਮੀਟਿੰਗ ਆ ਉਦੋਂ ਬਾਅਦ 'ਚ ਉਹਨੂੰ ਨਾਲ ਹੀ ਲੈ ਆਉਣਾ ਸੋ ਮੈਂ ਵੇਟ ਕਰ ਰਿਹਾ ਮੈਂ ਪਾਰਕਿੰਗ ਦੇ ਵਿੱਚ ਅੰਧੇਰਾ ਕਾਇਮ ਰਹੇ ਇੱਧਰ ਹਨੇਰਾ ਕਾਫੀ ਆ ਪਤਾ ਨਹੀਂ ਕਿਹੜੇ ਏਰੀਏ 'ਚ ਲਿਆ ਕਿੱਧਰ ਕਿੱਧਰ ਇਹਨਾਂ ਦੇ ਆਫਿਸ ਨੇ ਕਿੱਧਰ ਕਿੱਧਰ ਗੇੜੇ ਕੱਢਦੇ ਰਹਿੰਦੇ ਆ ਹੈ ਔਖਾ ਹੀ ਆ ਚਲੋ ਜਦ ਤੱਕ ਵੇਟ ਕਰਦੇ ਹਾਂ ਲੋ ਵੀ ਮਿੱਤਰੋ ਅੱਜ ਦਾ ਦਿਨ ਬੜਾ ਪ੍ਰੋਡਕਟਿਵ ਸੀ ਅਤੇ ਮਤਲਬ ਮੇਰੀ ਤਾਂ ਨਾਈਟ ਵੀ ਪ੍ਰੋਡਕਟਿਵ ਹੋਣੀ ਆ ਨਾਈਟ ਵੀ ਫੁੱਲ ਲੱਗਣੀ ਆਪਣੀ ਚੱਲ ਹੀ ਰਿਹਾ ਕੰਮ ਵੈਸੇ ਮੇਰਾ ਅਤੇ ਹੋਰ ਸੁਣਾਓ ਕਿੱਦਾਂ ਸਿੱਧਾ ਹੁਣ ਆਪਾਂ ਕਿੱਥੇ ਜਾ ਰਹੇ ਹਾਂ ਜਲਦੀ ਹੀ ਪੈਟਰੋਲ ਪਾਉਣਾ ਪੈਟਰੋਲ ਖਤਮ ਹੋਣਾ ਪੰਪ 'ਤੇ ਜਾਣਾ ਮੈਂ ਉਹ ਕਰਨਾ ਹੈ ਨਾ ਬਾਕੀ ਅੱਜ ਦੇ ਵਲੋਗ ਦੀ ਤੁਹਾਨੂੰ ਅਗਰ ਕਹਾਣੀ ਸੈੱਟ ਲੱਗੀ ਹੋਵੇ ਅਤੇ ਸਾਡਾ ਵਲੋਗ ਵਧੀਆ ਲੱਗਿਆ ਹੋਵੇ ਤੁਹਾਨੂੰ ਲਾਈਕ ਮਤਲਬ ਸ਼ੇਅਰ ਤਾਂ ਚਲੋ ਬੰਦਾ ਬਹੁਤ ਦੂਰ ਦੀ ਗੱਲ ਆ ਉਹ ਸਬਸਕ੍ਰਾਈਬ ਵਾਲਾ ਬਟਨ ਦੱਬ ਦਿਓ ਮਤਲਬ ਠੀਕ ਹੋ ਚੁੱਕਾ ਨਹੀਂ ਹੈ ਨਾ ਉਹ ਬੈਲ ਆਈਕਨ ਜਿਹਾ ਆਉਂਦਾ ਹੁੰਦਾ ਉਵੇਂ ਇੱਦਾਂ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਗੱਲ ਨਹੀਂ ਹਰੇ ਆਪਾਂ ਹੈਗੇ ਹਾਂ ਵਲੋਗ ਦੇ ਵਿੱਚ ਚੱਲ ਰਹੇ ਹਾਂ ਪੈਟਰੋਲ ਪਵਾ ਲਿਆ ਗੱਡੀ ਦੇ ਵਿੱਚ ਹੁਣ ਸਾਨੂੰ ਡਰ ਨਹੀਂ ਗਾ ਹੁਣ ਸਾਨੂੰ ਕੋਈ ਡਰ ਨਹੀਂ ਪਹਿਲਾਂ ਸਾਨੂੰ ਡਰ ਸੀ ਅਸੀਂ ਪਹਿਲਾਂ ਮੁੱਕ ਗਿਆ ਤੇਲ ਹਾਂ ਤੇ ਇਹ ਕਹਿੰਦਾ ਤੇਲ ਪਾਉਣ ਤੋਂ ਪਹਿਲਾਂ ਜਾਣਾ ਆਫਿਸ ਮੀਟਿੰਗ ਅਟੈਂਡ ਕਰਨਾ ਉਹ ਜ਼ਰੂਰੀ ਆ ਯੈਪ ਉਹ ਕਰਦੇ ਕਰਦੇ ਲੈ ਬਾਹਲੀ ਦੂਰ ਆਇਆ ਮੈਨੂੰ ਹਾਂ ਤੇ ਡਰ ਲੱਗਣ ਲੱਗ ਗਿਆ ਜੀ ਸਾਨੂੰ
ਅਸੀਂ ਏਸੀ ਬੰਦ ਕਰ ਲਿੱਤਾ ਸੀ ਸਾਨੂੰ ਐਂ ਲੱਗਿਆ ਅਸੀਂ ਏਸੀ ਬੰਦ ਕਰਕੇ ਪੈਟਰੋਲ ਬਚਾ ਸਕਦੇ ਹਾਂ ਪਰ ਨਹੀਂ ਬਚਦਾ ਦਿਖਿਆ ਸੀ ਹਾਂਜੀ ਅਤੇ ਅਸੀਂ ਪੈਟਰੋਲ ਪਵਾ ਲਿੱਤਾ ਚਲੋ ਹੋਰ ਸੁਣਾਓ ਗੱਲਾਂ ਬਾਤਾਂ ਪੰਜਾਬੀਓ ਹੋਰ ਸੁੱਖ ਸਾਂਦ ਘਰ ਬਾਰ ਸਾਰਾ ਰਾਜੀ ਖੁਸ਼ੀ ਹੈਂ ਟ੍ਰੈਫਿਕ ਵਾਲਾ ਯਾਰ ਹੈ ਨਾ ਸਹੀ ਆਹ ਰੋਡਾਂ 'ਤੇ ਚਲੋ ਉੱਥੇ ਕੁ ਮਿਲੂ ਆਪਾਂ ਨੂੰ ਜਾ ਕੇ ਦੋਸਤੋ ਪੈਸੇ ਕੱਟ ਦਾ ਮੈਸੇਜ ਆ ਗਿਆ ਪੈਟਰੋਲ ਮਹਿੰਗਾ ਵੀ ਹੋ ਗਿਆ ਆਹ ਮਹੀਨੇ ਦੁਬਈ ਦੇ ਵਿੱਚ ਅਤੇ ਹੁਣ ਅਗਲੇ ਮਹੀਨੇ ਸਾਨੂੰ ਉਮੀਦ ਆ ਵੀ ਥੋੜ੍ਹਾ ਬਹੁਤ ਘਟਾ ਦੇਵੇ ਤਾਂ ਠੀਕ ਆ ਜੇ ਜੇ ਹੋਰ ਜੇ ਹੋਰ ਥੋੜ੍ਹਾ ਵੀ ਵਧਾ ਤਾ ਮਤਲਬ ਬਜਟ ਹਿੱਲ ਜਾਂਦਾ ਬੰਦਿਆਂ ਦੇ ਹੈ ਨਾ ਉਹ ਚੀਜ਼ ਨਾਲ ਫਿਰ ਉਵੇਂ ਭੈਣ ਚੋਂ ਬਣ ਜਾਂਦੇ ਆ ਤੁਹਾਨੂੰ ਪਤਾ ਹੈਗਾ ਆਪਣੀ ਜ਼ਿੰਦਗੀਆਂ ਬਾਰੇ ਆਪਾਂ ਕਿਹੜਾ ਰਾਜਿਆਂ ਦੇ ਪੁੱਤ ਜਾਣਾ ਸੀ ਬਾਈ ਓਹੋ ਪਤਾ ਨਹੀਂ ਕਿਹੜਾ ਰਾਹ ਦੱਸੀ ਵਰਤੀ ਆ ਇਹ ਉਦੋਂ ਬਣਾਇਆ ਹਾਂ ਯਾਰ ਉਹ ਦੇ ਉੱਧਰ ਨੂੰ ਹੈ ਨਾ ਚੱਲ ਕੋਈ ਗੱਲ ਨਹੀਂ ਹੁਣ ਤਾਂ ਆਪਣੇ ਕੋਲ ਪੈਟਰੋਲ ਵੀ ਹੈਗਾ ਜਾ ਸਕਦੇ ਹਾਂ ਘਰੇ ਆਹ ਜਿਹੜਾ ਆਈਫੋਨ ਵਾਲਾ ਮੈਪ ਆ ਨਾ ਬੜਾ ਮੇਰੇ ਮੂੰਹ ਗਾਲ ਸੁਣਦਾ ਇਹ ਹਮੇਸ਼ਾ ਸਾਲਾ ਵੱਡਾ ਹੀ ਰਾਹ ਦੱਸੋ ਲੰਬਾ ਹੀ ਰਾਹ ਦੱਸੋ ਹੈਂ ਕਿਤੇ ਸਡਨਲੀ ਰਾਈਟ ਲੈਣਾ ਹੋਵੇ ਨਾ ਉੱਪਰ ਦੀ ਯੂ ਟਰਨ ਲਿਆ ਕੇ ਫਿਰ ਇੱਧਰ ਨੂੰ ਯੂ ਟਰਨ ਮਰਵਾ ਕੇ ਫਿਰ ਸਿੱਧਾ ਕੱਢੂ ਤੁਹਾਨੂੰ ਚਿੰਤਾ ਦਾ ਵਾ ਚਲੋ ਕੋਈ ਗੱਲ ਨਹੀਂ ਇਹਨਾਂ 'ਤੇ ਭਰੋਸਾ ਨਹੀਂ ਆਪਾਂ ਨੂੰ ਹੈਗਾ ਲੇਕਿਨ ਇਹ ਮਦਦ ਕਰ ਦਿੰਦੇ ਆਪਾਂ ਨੇ ਚਲੋ ਜਨਾਬ ਮਿਲਦੇ ਆ ਫਿਰ ਅਗਲੇ ਸਟੇਸ਼ਨ 'ਤੇ ਉਹ ਦੇਖੋ ਐਂ ਕਲੀਅਰ ਕਰਦਾ ਜਾਂਦਾ ਜੱਟ ਉਹਨੂੰ ਰਾਹ ਦੇ ਦੇ ਉਹ ਦੇ ਕਰਤਾ ਉਹਦੇ ਕੱਢਦੇ ਕੱਢਦੇ ਜੱਟਾਂ ਵਿਚਾਲ ਦੀ ਉਹ ਮੂਹਰੇ ਨੂੰ ਦੱਸਿਆ ਉਹ ਬੰਦਾ ਉਹੀ ਅੜਾਈ ਫਿਰਦਾ ਸੀ ਹਾਂ ਉਹ ਦੇਖੋ ਉਹਨੇ ਫਸਾਈ ਹੋਈ ਸੀ ਇਹਨੇ ਫਸਾਈ ਹੋਈ ਸੀ ਮੂਹਰੇ ਉਹਨੇ ਲੇਟ ਕਰਵਾ ਤਾ ਉਹ ਜਾਂਦਾ ਰੈੱਡ ਲਾਈਟ ਤੋਂ ਹੀ ਇਹ ਮੈਨੂੰ ਹੈ ਮੈਨੂੰ ਪੱਕਾ ਪਤਾ ਹੈ ਵੀ ਕੌਣ ਕੌਣ ਚਲਾ ਰਿਹਾ ਇਹਦੇ ਅੰਦਰ ਮੈਂ ਨਾਂ ਨਹੀਂ ਲੈਣਾ ਉਹਦਾ ਮੈਨੂੰ ਪਤਾ ਕੌਣ ਚਲਾ ਰਿਹਾ ਇਹਦੇ ਅੰਦਰ ਐਂ ਜਾਨਾਂ ਬਚਦੀਆਂ ਇੱਥੇ ਇਹ ਗੱਲ ਤਾਂ ਹੈ ਐਂ ਰੋਡ ਕਲੀਅਰ ਹੋ ਕੇ ਉਹ ਲੈ ਜਾਂਦੇ ਆ ਕੱਢ ਕੇ ਲੋਕੀ ਵੀ ਰਾਹ ਦੇ ਦਿੰਦੇ ਆ ਆਪਣੇ ਵਾਂਗੂ ਨਹੀਂ ਗੇ ਕਿਉਂ ਬਾਈ ਹੋਰ ਕੀ ਕਿਸੇ ਦੀ ਜਾਨ ਬਚ ਜਾਂਦੀ ਯਾਰ ਯਾਰ ਇਹ ਇੰਪੋਰਟੈਂਟ ਆ ਉਹਨੇ ਟਾਈਮ ਸਿਰ ਹੋਸਪਿਟਲ ਪਹੁੰਚ ਜਾਣਾ ਉਹਦਾ ਇਲਾਜ ਹੋ ਜਾਣਾ ਹਨਾ ਆਪਣੇ ਉੱਥੇ ਸਾਲਾ ਐਂਬੂਲੈਂਸ ਚੀਕਾਂ ਮਾਰੀ ਬੰਦੇ ਵੀ ਚੀਕਾਂ ਮਾਰੀ ਜਾਂਦੇ ਅੰਦਰੋਂ ਜਿਹੜੇ ਵਿਚਾਰਾ ਲਈ ਜਾਂਦੇ ਹੁੰਦੇ ਐਂਬੂਲੈਂਸ ਵੀ ਤਾਂ ਬੈਨ ਹੁੰਦੀ ਪਰੇ ਨਹੀਂ ਕਰਦੇਗਾ ਮਤਲਬ ਗੱਡੀਆਂ ਹਨਾ ਇੱਥੇ ਵੀ ਇੱਕ ਕਮਿਊਨਿਟੀ ਹੈਗੀ ਪਾ ਦੇਣ ਤਾਂ ਪਰੇ ਕਰ ਲੈਂਦੇ ਪਰ ਪਿੱਛੇ ਪੈਠ ਜੀ ਮੂਹਰੇ ਰੱਖਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਯਾਰ ਉਹ ਇੱਥੇ ਸਾਰਿਆਂ ਨੂੰ ਪਤਾ ਗੱਡੀ ਕੌਣ ਭੈੜੀ ਚਲਾਉਂਦਾ ਦੁਬਈ ਚ ਸਾਨੂੰ ਦੱਸਿਓ ਹੈ ਤੇ ਹੁਣ ਵੀ ਉਹਨੀ ਅੜਾਈ ਹੋਈ ਸੀਗੀ ਮੈਂ ਪਹਿਲਾਂ ਕਿਹਾ ਸੀ ਬਾਈ ਦੇਖੀ ਉਹੀ ਗੱਲ ਹੋ ਗਈ ਮੂਹਰੇ ਚੰਗੀ ਭਰੀ ਗੱਡੀ ਲੰਘ ਰਹੀ ਉਹਦੇ ਮੂਹਰੇ ਲਾਤੀ ਆਪਦੀ ਪੂਛ ਜੀ ਗੱਡੀ ਦਾ ਇੱਕ ਹੋਰ ਆ ਗਈ ਐਂਬੂਲੈਂਸ ਹੈ ਕਿ ਨਹੀਂ ਦੱਸਿਓ ਜ਼ਰੂਰ ਹੈ ਵੀ ਇੱਥੇ ਗੱਡੀ ਕੌਣ ਚਲਾਉਂਦਾ ਭੈੜੀ ਹੈ ਜਿਹੜੇ ਮੂਹਰੇ ਲਿਆ ਕੇ ਬ੍ਰੇਕਾਂ ਮਤਲਬ ਹੌਲੀ ਹੌਲੀ ਲਈ ਜਾਂਦੇ ਆਪਦੇ ਟਰੈਕ ਤੇ ਹੀ ਘਰੋਂ ਇੱਕ ਟਰੈਕ ਤੇ ਜਿਹੜੇ ਤੁਰਦੇ ਆ ਉਹ ਤੀ ਤੁਰ ਜਾਂਦੇ 250-300 ਕਿਲੋਮੀਟਰ ਦਾ ਨਾ ਇਹਨਾਂ ਨੂੰ ਚਾਹੇ 120 ਦਾ ਰੋਡ ਮਿਲ ਜੇ ਲੇਕਿਨ ਜਾਣਾ ਇਹਨਾਂ ਨੇ 60 ਦੀ ਸਪੀਡ ਤੇ ਹੀ ਆ ਇਹਨਾਂ ਨੂੰ ਜਿੰਨਾ ਮਰਜ਼ੀ ਰੋਡ ਬ੍ਰੇਕ ਚਾਹੇ 10 ਕਿਲੋਮੀਟਰ ਦੂਰ ਮਾਰੇ ਹੋਣ ਗੱਡੀ ਨੇ ਇਹਨਾਂ ਨੇ ਤੁਹਾਡੀ ਗੱਡੀ ਦੇ ਮੂਹਰੇ ਬ੍ਰੇਕ ਮਾਰ ਦੇਣੇ ਇੱਕੋ ਦਮ ਹੀ ਤੁਹਾਡੀ ਗੱਡੀ ਠਾਹ ਵਿੱਚ ਵੱਜਦੀ ਪਿੱਛੋਂ ਇਹਨਾਂ ਦੀ ਗੱਲ ਹੋਰ ਆ ਆਪਾਂ ਰੈੱਡ ਲਾਈਟ ਤੇ ਖੜੇ ਆ ਨਾ ਜਦੋਂ ਮੂਹਰੇ ਬਰਾਬਰ ਖੜੇ ਹੋਣਗੇ ਗ੍ਰੀਨ ਹੋ ਗਈ ਇਹਨਾਂ ਨੇ ਜਿੰਨੀ ਦੇਰ ਨਾਲ ਦੀ ਨੀ ਤੁਰਨੀ ਆਪ ਤੁਰਾਉਂਦੇ ਨੀ ਆਪ ਤੋਰਦੇ ਨੀ ਇੰਨਾ ਕੋਨਫੀਡੈਂਸ ਹੈ ਨੀ ਇਹਨਾਂ ਚ ਵੀ ਗ੍ਰੀਨ ਹੋ ਕੇ ਅਸੀਂ ਤੋਰ ਲਈਏ ਦੇਖਣਗੇ ਇੱਧਰ ਵੀ ਹਾਂ ਨਾਲ ਦੀਆਂ ਤੁਰ ਪਈਆਂ ਫੇਰ ਤੋਰਦੇ ਨੇ ਦੱਸਿਓ ਜ਼ਰੂਰ ਕੌਣ ਆਏ ਲੋਕ ਚੰਗਾ ਬਾਬਾ ਲੋਕ ਹੀ ਆ ਗਿਆ ਘਰੇ ਗੱਡੀ ਦਾ ਕਚਰਾ ਬੋਟਲਾਂ ਜਿਹੜਾ ਸਲੀਮ ਨੇ ਪਾਇਆ ਗੰਦ ਫੁੱਲ ਗੱਡੀ ਤੇਰੀ ਆ ਤੂੰ ਚਲਾਉਣਾ ਚਲੋ ਬ੍ਰੇਕ ਆਇਲ ਵੀ ਮੈਂ ਹੀ ਪਵਾਇਆ ਉਹਦੇ ਵਿੱਚ ਸਟੀਅਰਿੰਗ ਆਇਲ ਸਾਰਾ ਕੁਛ ਮੈਂ ਹੀ ਕਰਾਉਣਾ ਸਾਫ ਸਫਾਈ ਵਾਲਾ ਗੰਦ ਤੂੰ ਪਾਉਣਾ ਲੈ ਗਏ ਦੋਸਤੋ ਹੁਣ ਆਪਾਂ ਮਿਲਦੇ ਹਾਂ ਕੱਲ ਨੂੰ
ਵਲੌਗ ਨੂੰ ਲਾਈਕ ਕਰ ਦਿਓ, ਥੋੜ੍ਹਾ ਜਿਹਾ ਸਬਸਕ੍ਰਾਈਬ ਕਰ ਦਿਓ। ਥੈਂਕ ਯੂ ਸੋ ਮੱਚ ਬਾਬਾਸ। ਢਿੱਡ ਘਟਾ ਲਿਆ, ਮੂੰਹ ਘਟਾਉਣਾ ਬਾਕੀ ਆ। ਕੋਈ ਗੱਲ ਨੀ, ਇਹ ਵੀ ਘਰ ਜਾਣੇ ਆ ਆਪਾਂ। ਜਦੋਂ ਡਾਇਟ ਤੇ ਲੱਗ ਗਏ, ਮੈਂ ਜਿਮ ਤਾਂ ਲੱਗੇ ਹੋਇਆ। ਤੈਨੂੰ 6 ਮਹੀਨੇ ਦਾ ਟਾਈਮ ਦੇ ਕੇ ਬੋਡੀ ਬਣਾ ਕੇ ਤੂੰ। ਚਲੀਏ ਫਿਰ, ਬਾਏ ਬਾਏ ਕਰਕੇ ਬਾਬਾਸ।